ਇੱਕ ਵਲੇ ਇਸਵੀਆਂ ਦਾ ਇੱਕ ਆਊਟ ਸੀ ਪਾਕਿਸਤਾਨ ਦਾ ਤੈਇਆ ਲੱਗਦਾ ਸੀ ਕਿ ਪਾਕਿਸਤਾਨ ਇਸ ਮੈਚ ਵਿੱਚ ਕੁਝ ਕਰ ਸਕਦਾ ਹੈ ਲੇਕਿਨ ਉਸ ਤੋਂ ਬਾਅਦ 100 ਪਲਾਈ 88ਆਂ ਜਾਂ 79ਆਂ ਵਿੱਚ ਇਹ ਜਾ ਕੇ 6 ਆਊਟ ਹੋ ਗਏ ਜਾਂ 7 ਆਊਟ ਹੋ ਗਏ ਕੀ ਕਰੇ ਬਣਾ ਉਮੀਦਵਾਰਾਂ ਨੂੰ ਅੱਛੀ ਬੋਲਿੰਗ ਕੀਤੀ ਹੈ ਉਹਨਾਂ ਨੂੰ ਜਲਦੀ ਆਊਟ ਤੁਸੀਂ ਕਰ ਲਿਆ 300 ਰੰਗਸ ਉਹਨਾਂ ਨੇ ਫਿਰ ਵੀ ਬਣਾ ਲੈਨੇ ਲੇਕਿਨ ਜਦੂ ਜਿੱਥੇ एक सौ भी एक आउट सी पांच विकटा घड़ी जल्दी उठ गई बाबर आजम आउट ऑफ फॉर्म है शान मसूद ओवर अग्रैसिव बाबर आजम उठ गया है नैशनल लाइव निकल के शार्ट मारने की जरूरत है खैर माइंड सैट चेंज हो हो रहा है इंग्लैंड की कॉपी हो रही है खैर क्या आख सकते उस तू तो बाद आ... ਬਾਬਰ ਆਜ਼ਮ ਬੋਲ ਬੋਲ ਅੱਛਾ ਪਿਆ ਸੀ ਪਰ ਖੈਰ ਉਹਦਾ ਆਊਟ ਆਫ ਟੱਚ ਆ ਉਹਨੂੰ ਹਰ ਬੋਲੀਓ ਲੱਗੇਗਾ ਕਿ ਅੱਛੀ ਪਈ ਹੈ ਸੌ ਸ਼ਕੀਨੋ ਚੀ ਬੋਲ ਪਈ ਹੈ ਹੋ ਗਿਆ ਆਊਟ ਹੋ ਗਿਆ ਤੇ ਸਰਮਾਨਾ ਲਿਆ ਗਿਆ ਵੀ ਆਊਟ ਹੋ ਗਿਆ ਪਿੱਛੇ ਸਲਿੱਪ ਦੇਖੋ ਦੇਖ ਨਹੀਂ ਅਗੇ ਕਰੀਏ ਮੁਸ਼ਕਿਲ ਲੱਗਦਾ ਵਾ ਮੁੰਤਾ ਟੂ ਨੀਲ ਸਮਨ ਨਜ਼ਰ ਆ ਰਹੀ ਹੈ ਮੈਂ ਤਾਂ ਪਹਿਲੀ ਅੱਖ ਛੋੜਿਆ ਸੀ ਕਿ 3 ਨੀਲ ਹੈ ਵਾਈਟ ਵਾਸ਼ ਹੈ ਬਹੁਤ ਜ਼ਿਆਦਾ ਮੈਨਾ ਫਰਕ ਹੈ ਨਾ ਟੈਸਟ ਕ੍ਰਿਕਟ ਜਿਹੜੀ ਹੈ ਨਾ ਬਹੁਤ ਔਖੀ ਗੇਮ ਹੈ ਇਹ ਤੁਹਾਨੂੰ 4G ਚਾਹੀਦੇ 4G ਜਿਹੜੇ ਲੜਨ ਲੜਨ ਇਹ ਨਹੀਂ um ਵੱਡੇ ਮਹੱਲ ਲੰਬੀ ਰੇਸ ਦੇ ਜਿਹੜਾ ਘੋੜਾ ਹੁੰਦਾ ਹੈ ਨਾ ਉਹ ਚਾਹੀਦਾ ਹੈ ਤੁਹਾਨੂੰ ਕਿਉਂਕਿ ਇੱਥੇ T20 ਵਾਲਾ ਜਿਹੜਾ ਮਾਈਂਡ ਸੈਟ ਹੈ ਉਹ ਨਹੀਂ ਚੱਲਣ ਦੇਣਾ ਬੋਲਿੰਗ ਫੀਲਡਿੰਗ ਬੈਟਿੰਗ ਥੱਕਿਆ ਹੁੰਦਾ ਬੰਦੇ ਜਿਸਮ ਥੱਕਿਆ ਹੁੰਦਾ ਹੈ ਤੁਸੀਂ ਆ ਕੇ ਬੈਟਿੰਗ ਕਰਨੀ ਹੈ ਲੜਨਾ ਹੈ ਅਗਲੀ ਪੋਜੀਸ਼ਨ ਆਪੋਜੀਸ਼ਨ ਨਾਲ ਤੁਸੀਂ ਅੱਖਾਂ ਹੀ ਅੱਖਾਂ ਡਾਲ ਕੇ ਅਗਲੇ ਨਾਲ ਨੂੰ ਆਹਣਾ ਆ ਬਾਈ ਮਨਕਰਪ ਸ਼ਾਰਟ ਬੋਲਿੰਗ ਮੈਂ ਆਵਾਂ ਇੱਕ ਟੱਪੇ ਦਾ ਬੋਲਿੰਗ ਕਰਦਾ ਪਿਆ ਉਹਦੀ ਲੈਂਥ ਤੁਸੀਂ ਚੇਂਜ ਕਰਨੀ ਹੈ ਬੜਾ ਦਿਮਾਗ ਚਾਹੀਦਾ ਜੀ ਬੜਾ ਫੋਕਸ ਚਾਹੀਦਾ ਹੈ ਫਾਈਟਰ ਚਾਹੀਦੇ ਨੇ ਜਵੇਦ ਮੀਆਂ ਦਾਤ ਚਾਹੀਦੇ ਇਮਰਾਨ ਹਾਨ ਚਾਹੀਦੇ ਐਸੇ ਪ੍ਰੇਰ ਚਾਹੀਦੇ ਨੇ ਜਿਹੜੇ ਅਗਲੀ ਪੋਜੀਸ਼ਨ ਆਪੋਜੀਸ਼ਨ ਨਾਲ ਲੜਨ ਉਹਨਾਂ ਦੀ ਅੱਖਾਂ ਵਿੱਚ ਅੱਖਾਂ ਢਾਲ ਕੇ ਆਹਣ ਭਾਈ ਮੈਂ ਆਵਾਂ ਮੈਨੂੰ ਆਊਟ ਕਰਕੇ ਦਾਸ ਜਿਸ ਨਾਲ ਸਟੀਫ ਸਮਿੱਥ ਕਰਦਾ ਹੈ ਮਾਰਨ ਲਾਬੁਸ਼ੇਨ ਕਰਦਾ ਹੈ ਵਿਰਾਟ ਕੋਹਲੀ ਕਰਦਾ ਹੈ ਇਹ ਜੇ ਪਲੇਅਰ ਚਾਹੀਦੇ 40 30 ਵੀ ਨਹੀਂ ਨਾਮ ਦਾ ਪਿਆ ਰਿਜ਼ਵਾਨ ਕਦਰ ਬਿਹਤਰ ਕੀਤਾ ਹੈ ਜੇ ਨਾਟ ਆਊਟ ਹੈ ਉਮੀਦ ਹੀ ਹੋ ਕਰਨੇ ਆ ਕਿ ਸਵੇਰ ਆ ਕੇ ਕੁਝ ਸਵੇਰ ਆ ਕੇ ਦੇਖਨੇ ਆ ਕੋਈ ਕਰਿਸ਼ਮਾ ਹੀ ਹੈ ਕੁਝ ਕਰ ਆ ਕੇ ਕੋਈ ਸੋ ਬਣਾ ਜਾ ਲੰਬਾ ਜਾ ਕੋਈ ਤੇਜ਼ ਆਮਰ ਜਮਾਲ ਉਦਾ ਸਾਦ ਦੇ ਹੈ ਦੇਹਣੀ ਆਉਤ ਬਦਲ ਸਨਲੀ ਵੀ ਹੈ ਪਿੱਛੇ ਸ਼ਾਂਸ਼ਾ ਫਰੀਦੀ ਵੀ ਹੈ ਉਮੀਦਾ ਕੋਨੀਨਾ ਟੋਮੰਚ ਅਟਲੇ ਬਾਜ਼ਿੰਨ ਬਸ ਟੈਸਟ ਕ੍ਰਿਕਟ ਵਿੱਚ ਨਸੀਮ ਸ਼ਾਹ ਜਾਂ ਪ੍ਰੇਲ ਚਾਹੀਦਾ ਜਿਹੜਾ 100 ਗੇਂਦਾਂ ਜਾਂ 70 ਗੇਂਦਾਂ ਮਿਸ ਕਰੇ ਅਗਲੀ ਦੀ ਸੈਂਚਰੀ ਬਣਾਇਆ ਹੈ ਅਜਿਹਾ ਜਿਹਾ 플레이ਰ ਚਾਹੀਦਾ ਹੈ ਇਹ ਨਹੀਂ ਕਿ ਆਪ ਤੁਸੀਂ T20 ਖੇਡਦੇ ਹੋਗੇ ਪਹਿਲੀ ਗੇਂਦ ਤੇ ਚੱਕੇ ਮਾਰਸੋ ਨਹੀਂ ਇਹ ਟੀਮ ਗੇਮ ਹੁੰਦਾ ਹੈ ਨਸੀਮ ਸ਼ਾਹ ਕੋ ਸਿੱਖ ਲੈਂਦੇ ਹੋ ਉਹਦੀ ਮੇਰੇ ਖਿਆਲ ਹੈ 21-22 ਸਾਲ ਉਮਰ ਹੈ ਤੇ ਉਹਨੇ ਦੋ ਪਾਰਟਨਰਸ਼ਿਪ ਹੀ ਹੋਈ ਹੈ ਲਗਾਈਆਂ ਪਹਿਲਾਂ ਬਾਬਰ ਆਜ਼ਮ ਨਾਲ ਆਈ ਸੀ ਤ ਉਹਦਾ 100 ਮੁਕੰਮਲ ਕੀਤਾ ਸੀ ਤ ਉਸ ਤੋਂ ਬਾਅਦ ਮੇਰੇ ਖਿਆਲ ਸੌ ਸ਼ਕੀਲ ਤੇ ਸਲਮਾਨ ਅਲੀ ਆਗਏ ਦੋਹਾਂ ਇੱਕ ਸੀ ਜਿਹਦੇ ਨਾਲ ਉਹ ਰੇਖ ਖਲੋਤਾਰੇ ਹੈ ਤ ਰੋਕਦਾ ਸੀ ਗੇਮ ਨੂੰ ਉਹਨੇ ਵੀ ਆਮਦਨ ਚੋਕੇ ਛੱਕੇ ਮਾਰਨੇ ਲੇਕਿਨ ਉਹ ਡਿਫੈਂਸਿਵ ਡਿਫੈਂਸਿਵ ਸ਼ੌਟ ਖੇਡਦੇ ਸੀ ਰੋਕਦਾ ਸੀ ਤਾਂ ਅਗਲੇ ਬੰਦੇ ਨੂੰ ਮੌਕਾ ਦੇ ਦਿੰਦਾ ਸੀ ਤਾਂ ਯੋਜੇ ਪਲੇਅਰ ਚਾਹੀਦੇ ਤੁਹਾਨੂੰ ਜਿਹੜੇ ਫਾਈਟ ਕਰਨ ਥੱਲਾ ਵੀ ਆ ਕੇ ਫਾਈਟ ਕਰਨ ਪਰ ਦੇਖਨੇ ਹਾਂ ਉਹਨਕੇ ਬੰਦੇ ਮੁਸ਼ਕਲ ਮੁਤਬ ਅਸਰਾਂ ਜਿਹੜੇ ਨੋਖੇ ਨਜ਼ਰ ਆਉਂਦਨ ਪਏ ਮੈਨੂੰ ਲੱਗਾ ਪਾਕਿਸਤਾਨ ਚਲੋ ਇਹ ਆ ਕਿ ਕੈਪਟਨਸੀ ਅੱਛੀ ਹੋਈ ਹੈ ਸ਼ਾਨ ਮਸਹੂਦ ਨੇ ਅੱਛੀ ਕੈਪਟਨਸੀ ਕੀਤੀ ਹੈ ਬਹੁਤ ਔਖਾ ਬਹੁਤ ਬੋਧੋਖਾ ਟੂਰ ਸੀ ਨਾ ਇਹ ਤਿਆਰ ਕਰਨਾ ਪੈਸੀ ਪੂਰਾ ਸਿਸਟਮ ਤਿਆਰ ਕਰਨਾ ਪੈਸੀ ਨੌਜਵਾਨ ਜਿਹੜੇ ਬੋਲਰ ਨੇ ਇਹਨਾਂ ਨੂੰ ਭੇਜਣਾ ਪੈਸੀ ਉੱਥੇ ਤਿਆਰ ਹੋਣ ਜਾ ਕੇ ਸਿਰਫ ਟੈਸਟ ਕ੍ਰਿਕਟ ਵਾਸਤੇ ਵਨ ਡੇ ਟੀ20 ਵਾਸਤੇ ਨਹੀਂ ਟੈਸਟ ਕ੍ਰਿਕਟ ਵਾਸਤੇ ਬੰਦੇ ਤੁਹਾਨੂੰ ਭੇਜਨੇ ਪੈਸਨ ਅੰਡਰ 19 ਦੇ ਖਾਸ ਕਰਕੇ ਬੋਲਰ ਉਥੇ ਜਾਂ ਤਾਂ ਟੋਰ ਰੱਖੋ ਬੈਟਸਮੈਨ ਨੂੰ ਸਾਡੇ ਤਿਆਰ ਹੋਣ ਪਰ ਸਾਡੇ ਜਿਹੜੇ ਜ਼ਿੰਬਾਬਵੇ ਭੇਜਦੇ ਨੇ ਜਾਂ শ্রীলੰਕਾ ਜਾਂ ਬੰਗਲਾਦੇਸ਼ ਨਾਲ ਰੱਖ ਲੈਸਨ ਐ ਨਹੀਂ ਸਾਊਥ ਅਫਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਇਹ ਚਾਰ ਜਗ੍ਹਾ ਤੁਸੀਂ ਭੇਜਣਾ ਹੈ ਤਾਂ ਜਾ ਕੇ ਇੰਪਰੂਵ ਹੋਸਾ ਸਾਡੇ ਬੰਦੇ